ਸਾਡੀ ਲਾਸਟ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸਾਡਾ ਚੰਡੀਗੜ੍ਹ ਤੋਂ ਲੈ ਕੇ ਕਲਪਾ ਤੱਕ ਦਾ ਬਹੁਤ ਹੀ ਖੂਬਸੂਰਤ ਸਫ਼ਰ ਤੇ ਇਸ ਵੀਡੀਓ ਦੇ ਵਿੱਚ ਅਸੀਂ ਪਹਿਲੀ ਸਟੇ ਲਈ ਕੁਫਰੀ ਦੇ ਕੋਲ ਫਾਗੂ ਦੇ ਵਿੱਚ ਤੇ ਅਗਲੇ ਦਿਨ 10 ਘੰਟਿਆਂ ਦਾ ਲੰਮਾ ਸਫ਼ਰ ਤੈਅ ਕਰਨ ਤੋਂ ਬਾਅਦ ਅਸੀਂ ਪਹੁੰਚੇ ਕਲਪਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਐਕਸਪਲੋਰ ਕਰਾਂਗੇ ਕਲਪਾ ਵਿਲੇਜ ਨੂੰ ਤੇ ਘੁੰਮਾਂਗੇ ਕਲਪਾ ਦੇ ਮਸ਼ਹੂਰ ਟੈਂਪਲਸ ਤੇ ਮੋਨੈਸਟਰੀਜ਼ ਤੇ ਚੱਲਾਂਗੇ ਕਲਪਾ ਦੇ ਸਭ ਤੋਂ ਮਸ਼ਹੂਰ ਪੁਆਇੰਟ ਸੁਸਾਈਡ ਪੁਆਇੰਟ ਕਲਪਾ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਸਾਰੇ ਠੀਕ ਠਾਕ ਹੋ? ਅਤੇ ਹੋ ਗਈ ਆ ਸਵੇਰ ਅਤੇ ਅਸੀਂ ਹੋ ਗਏ ਪੂਰੇ ਤਿਆਰ। ਅਤੇ ਆਹ ਦੇਖੋ ਸਾਡਾ ਰੂਮ, ਸਾਫ਼ ਸਫਾਈ ਕਰਤੀ ਆ ਰੂਮ ਦੀ, ਤੁਹਾਨੂੰ ਦਿਖਾਉਂਦੇ ਹਾਂ ਸਵੇਰ ਦਾ ਕਿੰਨਰ ਕਲਾਸ਼ ਦਾ ਵਿਊ ਆਇਆ ਹੋਇਆ ਹੈ। ਕਿੰਨਾ ਸੋਹਣਾ ਦੇਖ ਲਓ ਵਿਊ ਹੈ। ਉਹ ਸਾਹਮਣੇ ਹੈਗੀ ਆ ਚੋਟੀ ਕਿੰਨਰ ਕਲਾਸ਼ ਦੀ, ਵੈਸੇ ਕਲਾਊਡਸ ਕਰਕੇ ਕਲੀਨ ਨਹੀਂ ਦਿਖ ਰਿਹਾ। ਅਤੇ ਆ ਬਾਈ ਸਾਡੀ ਟੀਮ ਰੈਡੀ ਹੈ ਬਾਈ? ਹਾਂਜੀ ਰੈਡੀ ਹੈ, ਬਸ ਹਾਂਜੀ ਰੈਡੀ ਹੈ ਪੂਰੇ। ਚਲੋ ਗੁੱਡ, ਵਿਊ ਦੇਖੋ ਤੁਸੀਂ ਕਿੰਨਾ ਸੋਹਣਾ। ਅਤੇ ਉਹ ਹੈਗੀ ਆ ਸਾਹਮਣੇ ਕਲਪਾ ਮੋਨੈਸਟਰੀ। ਅਤੇ ਹੁਣ ਸਾਡਾ ਪਲੈਨ ਆ ਕਿ ਅਸੀਂ ਉੱਥੇ ਜਾ ਕੇ ਵਿਜ਼ਿਟ ਕਰ ਲਈਏ ਅਤੇ ਕਲਪਾ ਨੂੰ ਐਕਸਪਲੋਰ ਕਰੀਏ। ਆ ਬਾਈ ਸਾਡੇ ਸਾਹਿਲ ਬਾਈ ਦੱਸਣਗੇ ਕਿੰਨਰ ਕਲਾਸ਼ ਬਾਰੇ। ਬਾਈ ਸਾਹਮਣੇ ਕਿੰਨਰ ਕਲਾਸ ਹੈ ਜੋ ਦਿਨ ਮੇ ਤਿੰਨ ਵਾਰ ਰੰਗ ਬਦਲੇਗਾ। ਅਭੀ ਸਵੇਰੇ ਜੈਸੇ ਥੋੜ੍ਹਾ ਸਾ ਲਾਲ ਹੋਗਾ, ਅਭੀ ਤੋ ਬਰਫ਼ ਪੜੀ ਹੋਈ ਹੈ ਉੱਪਰ। ਵੈਸੇ ਜੈਸੇ ਆਪ ਇੱਧਰ ਚਲੇ ਗਏ ਨਾ, ਇਹ ਟੋਪ ਦਿਖ ਰਿਹਾ ਨਾ ਆਪਕੋ, ਇਸੇ ਨੀਚੇ ਆ ਜਾਓ, ਬਸ ਸਾਹਮਣੇ ਦਿਖ ਰਿਹਾ ਹੈ ਸੀਧੀ ਥੋੜ੍ਹੀ ਸੀ ਛੋਟੀ ਸੀ ਉਹ ਦਿਖ ਰਹੀ ਹੋਗੀ ਆਪਕੋ, ਸ਼ਿਵਲਿੰਗ। ਸ਼ਿਵਲਿੰਗ ਹਾਂ ਉਹ ਦਿਖ ਰਹੀ ਹੈ ਸਰ, ਦਿਖਾ ਨਾ ਥੋੜ੍ਹਾ ਸਾ। ਹਾਂ ਬਸ ਸਾਹਮਣੇ, ਹਾਂਜੀ ਹਾਂਜੀ ਉਹ ਕਿੰਨਰ ਕਲਾਸ਼। ਓਕੇ, ਨੇਕਡਾ ਇਸੇ ਤੋਂ ਦਿਖ ਰਿਹਾ ਹੈ ਪਰ ਕੈਮਰੇ ਮੇਂ ਸ਼ਾਇਦ ਨਾ ਆਏ। ਵੈਸੇ ਜਾਤੇ ਤੋਂ ਸਾਹਮਣੇ ਨੀਚੇ ਗਾਂ ਹੋਇਆ ਨਾ, ਪੁਲ ਕ੍ਰੋਸ ਕਰਕੇ ਉੱਪਰ ਕੋਲ ਟ੍ਰੈਕ ਹੈ। ਵੈਸੇ ਪਰਿਕਰਮਾ ਵੀ ਹੋਤੀ ਹੈ ਜੋ ਚਿਤਕੁਲ ਨਿਕਲਤੀ ਹੈ। ਓਕੇ, ਯਹਾਂ ਸੇ ਜਾ ਕੇ ਟ੍ਰੈਕ ਕਿਤਨੇ ਦਿਨ ਕਾ ਹੈ ਇਸਕਾ? 3 ਦਿਨ ਕਾ ਭਾਈ ਜੀ, 3 ਦਿਨ ਕਾ। ਕਾਫੀ ਮੁਸ਼ਕਿਲ ਹੋਗਾ ਟ੍ਰੈਕ ਹੈ ਨਾ? ਹਾਂ, ਵਿੱਚ ਮੇ ਪੱਥਰ ਵੀ ਹੈ, ਹਾਂ ਬਰਫ਼ ਵੀ ਆਏਗਾ। ਅਭੀ ਤੋ ਆਜ ਕੱਲ ਤੋ ਜਾ ਨਹੀਂ ਸਕਤੇ, ਬਾਅਦ ਦੇ ਸੀਜ਼ਨ ਟਾਈਮ ਮੇ। ਓਕੇ, ਅਭੀ ਕਲੀਅਰ ਦਿਖ ਰਹੀ ਹੈ। ਇਹ ਬਾਈ ਦਾ ਡ੍ਰੀਮ ਸੀਗਾ ਬਹੁਤ ਪੁਰਾਣਾ, ਮੇਰਾ 2 ਸਾਲ ਦਾ 3 ਸਾਲ ਦਾ ਡ੍ਰੀਮ ਸੀ ਕਿ ਇੱਥੇ ਆਉਣਾ ਮੰਦਿਰ ਦੇਖਣਾ ਆ ਕੇ। ਹਾਂ ਬਿਲਕੁਲ, ਪਰ ਕਿੰਨੀਆਂ ਕਰੀਲਾਂ ਸੇਵ ਕਰੀਆਂ ਕਿ ਹਾਂ ਇੱਥੇ ਹੀ ਆਉਣਾ, ਇੱਥੇ ਅੱਜ ਬਾਈ ਦਾ ਡ੍ਰੀਮ ਪੂਰਾ ਕਰਕੇ ਛੱਡਾਂਗੇ। ਤੇ ਆ ਹੈਗਾ ਹੋ ਸਾਡਾ ਹੋਟਲ, ਜਦੋਂ ਇੱਥੇ ਆਉਣਾ ਹੋਇਆ ਤਾਂ ਆਹ ਨੰਬਰ 'ਤੇ ਕੰਟੈਕਟ ਕਰਕੇ ਬੁੱਕ ਕਰਾ ਸਕਦੇ। ਅਤੇ ਇੱਥੋਂ ਦਾ ਵੈਦਰ ਪੂਰਾ ਅਨਐਕਸਪੈਕਟਿਡ ਆ। ਆਹ ਦੇਖੋ ਤੁਸੀਂ ਨਾ, ਆਹ ਰਾਤ ਨੂੰ ਇੱਥੇ ਸਨੋਫਾਲ ਹੋਈ ਆ ਉੱਪਰ ਆਹ ਦਰੱਖਤਾਂ 'ਤੇ, ਪਰ ਇੱਧਰਲੇ ਏਰੀਏ 'ਚ ਨਹੀਂ ਹੋਈ। ਉਹ ਉੱਪਰ ਦੇਖ ਲਓ, ਇੱਥੇ ਮੌਸਮ ਦੇਖੋ ਬਹੁਤ ਅਨਐਕਸਪੈਕਟਿਡ ਆ। ਹੁਣੀ ਪੂਰਾ ਕਲੀਅਰ ਸੀਗਾ ਅਤੇ ਇੱਧਰੋਂ ਦੇਖ ਲਓ ਬੱਦਲ ਆ ਰਿਹਾ, ਪੂਰੇ ਨੂੰ ਢੱਕ ਦੇਣਾ ਪੂਰਾ। ਅਤੇ ਬਹੁਤ ਹੀ ਵਧੀਆ ਵੈਦਰ ਆ ਅਤੇ ਹਵਾ ਬਹੁਤ ਕਲੀਅਰ ਆ ਇੱਥੇ। ਚਲੋ ਫਿਰ ਆਪਾਂ ਚੱਲਦੇ ਹਾਂ ਮੋਨੈਸਟਰੀ ਵੱਲ। ਅਤੇ ਕਲਪਾ ਦੇ ਰਾਹ ਤਾਂ ਇਵੇਂ ਲੱਗਦੀ ਸੀ ਜਿਵੇਂ ਕਿਸੇ ਦੂਸਰੀ ਦੁਨੀਆ ਦੇ ਵਿੱਚ ਆ ਗਈ ਹੋਈ ਹੈ। ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ, ਘਰ ਬਿਲਕੁਲ ਹੀ ਸਿੰਪਲੀਸਿਟੀ, ਪੱਥਰ ਅਤੇ ਵੁੱਡ ਨਾਲ ਬਣੇ ਹੋਏ। ਇੱਥੇ ਲੋਕਾਂ ਦੀ ਲਾਈਫ ਬਹੁਤ ਜ਼ਿਆਦਾ ਸਿੰਪਲ ਆ। ਆ ਦੇਖੋ ਤੇ ਬੁੱਧ ਧਰਮ ਨਾਲ ਰਿਲੇਟਡ ਇਹ ਸਾਰਾ ਏਰੀਆ, ਵੈਸੇ ਬੁੱਧਿਸਟ ਧਰਮ ਨਾਲ ਟੱਚ ਆ। ਆ ਦੇਖਣ 'ਚ ਬਹੁਤ ਹੀ ਜ਼ਿਆਦਾ ਓਲਡ ਟੈਂਪਲ ਲੱਗਦਾ। ਦੇਖੋ ਕਿਵੇਂ ਹੈਂਡ ਵਰਕ ਕੀਤਾ ਵੁੱਡ 'ਤੇ, ਉਹ ਵੀ ਬਿਲਕੁਲ ਸ਼ਾਂਤ ਮਾਹੌਲ ਹੈ ਇੱਥੇ। ਪਹਾੜਾਂ ਦੇ ਨਜ਼ਾਰੇ ਨੇ ਵਧੀਆ ਵਧੀਆ, ਨੇਚਰ ਨਾਲ ਟੱਚ ਆ ਏਰੀਆ। ਅਤੇ ਇੱਥੋਂ ਦੇ ਉੱਚੇ ਉੱਚੇ ਪਹਾੜ ਇਸ ਗੱਲ ਦੀ ਗਵਾਹੀ ਭਰਦੀਆਂ ਸੀ ਕਿ ਰੱਬ ਦੀ ਬਣਾਈ ਹੋਈ ਕੁਦਰਤ ਕਿੰਨੀ ਸੋਹਣੀ ਹੈ। ਮੈਨੂੰ ਇੱਥੇ ਆ ਕੇ ਇਹ ਰਿਗਰੈਟ ਹੋਇਆ ਕਿ ਇਸ ਜਗ੍ਹਾ 'ਤੇ ਅਸੀਂ ਪਹਿਲਾਂ ਕਿਉਂ ਨਹੀਂ ਆਏ। ਬਈ ਇਹ ਐਪਲ ਕੇ ਪੇੜ ਹੈ ਜੋ ਹੈ। ਇੱਥੋਂ ਦੇ ਲੋਕਲਸ ਤੋਂ ਮੈਨੂੰ ਪਤਾ ਲੱਗਿਆ ਕਿ ਇੱਥੋਂ ਦਾ ਜਿਹੜਾ ਮੇਨ ਖਿੱਤਾ ਉਹ ਹੈਗਾ ਐਪਲ ਦੀ ਖੇਤੀ ਕਰਨਾ। ਅਤੇ ਜਿਹੜੇ ਮੌਸਮ 'ਚ ਅਸੀਂ ਗਏ ਸੀ ਅਪ੍ਰੈਲ ਦੇ ਵਿੱਚ, ਉਹ ਟਾਈਮ ਬਿਲਕੁਲ ਆਫ ਸੀਜ਼ਨ ਹੁੰਦਾ। ਐਪਲ ਜੁਲਾਈ ਅਤੇ ਅਗਸਤ ਤੋਂ ਬਾਅਦ ਸਟਾਰਟ ਹੁੰਦੇ ਨੇ ਗਰੋ ਹੋਣੇ। ਅਤੇ ਸਾਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਕਿ ਕਿਨੌਰ ਦੇ ਐਪਲ ਪੂਰੀ ਦੁਨੀਆ ਭਰ ਦੇ ਵਿੱਚ ਮਸ਼ਹੂਰ ਨੇ। ਅਤੇ ਕਲਪਾ ਇੱਕ ਮੋਸਟ ਬਿਊਟੀਫੁਲ ਪਲੇਸ ਆ ਕਿਨੌਰ ਵੈਲੀ ਦੇ ਵਿੱਚ। ਇੱਥੋਂ ਦੇ ਲੋਕ, ਇੱਥੋਂ ਦੇ ਪੀਪਲਸ ਬਹੁਤ ਚੰਗੇ ਨੇ, ਸਾਰਿਆਂ ਦਾ ਨੇਚਰ ਵਾਈਜ਼ ਬਹੁਤ ਵਧੀਆ। ਸਾਨੂੰ ਸਾਰਿਆਂ ਨੂੰ ਬਹੁਤ ਚੰਗਾ ਲੱਗਿਆ ਇੱਥੇ ਆ ਕੇ। ਅਤੇ ਇੱਥੇ ਦਾ ਵਿਊ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਵਧੀਆ ਨੇ। ਅਤੇ ਬਾਕੀ ਸਭ ਤੋਂ ਵੱਡੀ ਗੱਲ, ਇੱਥੇ ਬਹੁਤ ਹੀ ਸਕੂਨ ਭਰੀ ਜ਼ਿੰਦਗੀ ਆ, ਇੱਥੇ ਬਹੁਤ ਹੀ ਸ਼ਾਂਤੀ ਆ। ਤੁਹਾਨੂੰ ਇੱਥੇ ਕੋਈ ਸ਼ਹਿਰ ਦੀ ਭੱਜ ਦੌੜ ਨਹੀਂ ਦਿਖਣੀ, ਅਤੇ ਉਹ ਵੀ ਇੱਕ ਬਹੁਤ ਵਧੀਆ ਗੱਲ ਹੈ। ਪਰ ਇੱਥੇ ਜੇ ਤੁਸੀਂ ਆਉਣਾ
इतने ठंड बहुत ज़्यादा होंगी है तो रात भी टैंपरेचर -7 डिग्री सी। असं भी 2-3 दिन दवाइया लैके पे तो साडा सिस्टम ठीक रहा। बाकी इट्स मस्ट विजिट प्लेस इन किन्नौर वैली। थैंक यू, चलते आप मोनेस्ट्री वाल। किन्ना प्यार कर रहे देखो। तो तुहानू ये सुन के बहुत ज़्यादा हैरानी होगी कि इंडिपेंडेंस इंडिया का 1950 पहला इंडिया के वोटा पईयां ते पूरे इंडिया के पहला वोटर इसे विलेज का सीगा, कल्पा विलेज का, क्योंकि इतने ठंड होने करके उन्होंने वोटिंग टाइम तो पहले ही इतने करवा ली सी। असी ट्राई जरूर की उन्होंने मिलन की, बट वो इतने अवेलेबल नहीं सी। लकड़ ते सी देखिया कि इत्थे मोस्टली घर सारे लक्कड़ दे बने हुए सी, जेडे कि पुराने तिब्बतीयन स्टाइल बने हुए सी। ते ए हैगी इत्थों दी मोनेस्ट्री, इन्हां ने ओपन नहीं कीती, डोंट नो वाई, ते इत्थे कोई भी नहीं सी। ते इस तो बाद असीं चले आ कल्पा दे हिंदू टैंपल दे विच। आ वुड दा वर्क देख किन्ना सोहना करिया है। हां टेंपल दा एंट्री गेट इन्ना सोहना सी, वुड वर्क बहुत वधिया कीता होया सी। इत्थों दी मीनाकारी नूं देख के दिल बहुत ही खुश होया। ते कल्पा दा टेंपल सब तो ज्यादा फेमस आ इत्थे मनाई जाण वाली होली कर। ते इत्थे होली दा त्यौहार बड़ी धूमधाम नाल मनाया जांदा, लोकी दूरों दूरों आउंदे ने इत्थे होली मनाउण। ते व्यू देख लो किन्ना सोहना, इत्थों पूरे बर्फ नाल ढकिए पहाड़। ये पहाड़ां ते सारा साल बर्फ जमी रहिंदी है। ते इस तों बाद तुरदे तुरदे असीं पहुंच गए कल्पा फोर्ट। हेलो, वेरी गुड। क्या नाम है आपका? कविता। कविता? ते कल्पा विलेज घूमन तो बाद हुण असीं चले आ सुसाइड पॉइंट कल्पा दा। ते चलो फिर चलते हैं सुसाइड पॉइंट। सां बहुत चढ़िया क्योंकि इत्थे ऑक्सीजन की थोड़ी जी कमी है, बाकी चढ़ाई भी हैगी काफ़ी। चलो मिलते हैं सुसाइड पॉइंट। ते कल्पा विलेज दे विच अपने इकट्ठियां कीतियां यादां नूं समेटण तों बाद असीं चले आ सुसाइड पॉइंट कल्पा, जो कि इत्थों 5 या 6 किलोमीटर दूर है। ते सुसाइड पॉइंट नूं जाण वाला रस्ता बहुत ही ज़्यादा डेंजरस भी है। ते असीं पहुँच गए सुसाइड पॉइंट कल्पा। इत्थे पहले ही काफ़ी टूरिस्ट आए हुए ने, मुंडे खड़े एंजॉय कर रहे हैं भाई। ये है मेन पॉइंट। ते खाई देख लो कितनी डूंगी आ। ते इत्थे पहला काफ़ी टूरिस्ट ना, जिवें इत्थे पहला रेलिंग है नहीं सी, तो जिहड़े टूरिस्ट तो सैल्फी लेंदे सीगे तो इतों डिग गए थे, तो उन्होंने डैथ हो गई सी। तो उस तो बाद सुसाइड पॉइंट कहा जाता। तो वैसे भी देख लो पहाड़ देख लो व्यू कितना खतरनाक है इतने, तो बहुत ही डेंजरस, रोड भी बहुत छोटी है इतने। चलो दोस्तों, इतने खत्म होंदा अपना कल्पा विलेज का सफर। तो इस तो बाद अपना अगली वीडियो के जावांगे चिटकुल विलेज वालू। तो इस तो अलावा तुहाडे सारयां दा बहुत बहुत थैंक यू सानू सपोर्ट करन दे लई। तो इदां ही साडे नाल जुड़े रहो, ते साडी वीडियो नू प्लीज़ लाइक ते शेयर कर दिया करो। ते वध तों वध जो साडियां गलतियां ने कोई सुजैशन आ ते कमेंट च जरूर दस्सिया करो। ते मिलदे हां अगली वीडियो दे विच।